ਪਿਆਰੇ ਸੱਜਣੋ, ਅੱਜ ਤੁਹਾਨੂੰ ਇੱਕ ਇਹੋ ਜਿਹੀ ਫਸਲ ਦਿਖਾਉਣ ਲੱਗਿਆ ਰਾਜਸਥਾਨ ਦੀ। ਮੈਨੂੰ ਐਂ ਲੱਗਿਆ ਵੀ ਇਹ ਛਿਟੀਆਂ ਜੀਆਂ ਦੇ ਕੁੰਨੂ ਲੱਗੇ ਪਏ ਆ। ਇਹ ਯਾਰ ਬਾਣ ਵੀ ਜਗਮੀਤ ਬਾਲਾ ਡਾਕਰ ਆ ਯਾਰ, ਬਾਣ ਵੀ ਬਾਲਾ ਡਾਕਰ ਆ, ਹੈ ਨਾ। ਆਪਣੇ ਨਾਲ ਅਮਰ ਆ ਬਾਈ, ਅਤੇ ਅਮਰ ਬਾਈ ਨੇ ਬੜੀ ਦਿਲਚਸਪ ਜਾਣਕਾਰੀ ਦਿੱਤੀ ਵੀ ਜਿਹੜੀ ਆਹ ਫਸਲ ਆ ਨਾ, ਇਹਨੂੰ ਕਹਿੰਦੇ ਕੀ ਅਮਰ? ਇਹਨੂੰ ਸੱਜੀ ਕਹਿੰਦੇ ਆ ਜੀ। ਸੱਜੀ ਕਹਿੰਦੇ ਆ? ਸੱਜੀ ਕਹਿੰਦੇ ਆ, ਜਿਵੇਂ ਜ਼ਿਆਦਾਤਰ ਆਪਣੇ ਰਾਜਸਥਾਨੀ ਲੋਕ ਤਾਂ ਇਹਨੂੰ ਸੱਜੀ ਕਹਿੰਦੇ ਆ, ਅਤੇ ਆਪਣੇ ਪੰਜਾਬੀ ਬੰਦੇ ਇਹਨੂੰ ਲਾਣਾ ਕਹਿ ਦਿੰਦੇ ਆ। ਲਾਣਾ ਕਹਿ ਦਿੰਦੇ ਆ। ਇਹ ਨਿਕਲਦੀ ਕਿਵੇਂ ਆ, ਜਿਵੇਂ ਹੁਣ ਇਹ ਹੜੰਬੇ ਨਾਲ ਨਿਕਲੂ, ਕਿਵੇਂ ਨਿਕਲੂਗੀ? ਇਹ ਬਾਈ ਪਹਿਲੀ ਫਸਲ ਹੈ ਜਿਹਨੂੰ ਬਾਲ ਕੇ ਅੱਗ ਲਾ ਕੇ ਕੱਢਿਆ ਜਾਂਦਾ। ਅੱਛਾ, ਅੱਗ ਲਾ ਦੇਣਾ ਇਹਨੂੰ? ਅੱਗ ਲਾ ਦੇਣਾ ਇਹਨੂੰ, ਮਤਲਬ ਕਿ ਇਹਨੂੰ ਸਾਰੀ ਨੂੰ ਇੱਕ ਥਾਂ 'ਤੇ ਇਕੱਠੀ ਕਰਕੇ ਉਹਨਾਂ ਨੇ ਟੋਆ ਪੱਟਣਾ, ਜਿਵੇਂ 6-7 ਫੁੱਟ ਦਾ ਟੋਆ ਪੱਟ ਲਿਆ ਥੱਲੇ। ਹਾਂ, ਟੋਆ ਪੱਟ ਕੇ ਇੱਕ ਪੂਰਾ ਉਹਨਾਂ ਨੇ ਜਿਵੇਂ ਇੱਕ ਪੀਪੇ ਵਾਂਗੂ ਥੱਲੇ ਇੱਕ ਰੱਖਣਾ ਬਣਾ ਦੇਣਾ। ਉਹਦੇ ਉੱਤੇ ਉਹਨਾਂ ਨੇ ਜਾਲ ਪਾ ਦੇਣਾ, ਅਤੇ ਉਹਦੇ ਉੱਤੇ ਇਹਨੂੰ ਅੱਗ ਲਾ ਲਾ ਕੇ ਸਿੱਟੀ ਜਾਣਾ, ਅਤੇ ਇਹ ਪਿਘਲ ਪਿਘਲ ਕੇ ਜਿਵੇਂ ਹੁਣ ਬੈਟਰੀ ਦੇ ਵਿੱਚੋਂ ਨਹੀਂ ਆਪਣੇ ਉਹ ਕੱਢਦੇ ਹੁੰਦੇ, ਉਹਨੂੰ ਅੱਗ ਲਾਉਣੇ ਹੁੰਦੇ ਆ, ਤਾਂ ਉਹ ਨਿਕਲ ਜਾਂਦਾ ਹੈਗਾ, ਉਹ ਆਪਣੇ ਸਿਲਵਰ ਕਲਰ ਜਿਹਦਾ ਮਾਵਾ ਜਿਹਾ ਨਿਕਲਦਾ, ਇਹ ਉਸ ਹਿਸਾਬ ਨਾਲ ਮਾਵਾ ਢਲ ਢਲ ਕੇ ਥੱਲੇ ਜਾਣਾ। ਅੱਛਾ, ਅਤੇ ਜਿਹੜਾ ਉਹ ਫਿਰ ਉਸ ਤੋਂ ਬਾਅਦ ਉਹ ਜਿਹੜਾ ਥੱਲੇ ਟੋਹਾ ਪੱਟਿਆ ਹੁੰਦਾ ਉਹਦੇ ਵਿੱਚ ਇਕੱਠਾ ਹੋ ਜਾਂਦਾ, ਇਕੱਠਾ ਅੱਗ ਲਾਈ ਜਾਣੀ ਇਹਨਾਂ ਨੇ, ਉਹ ਸਾਰੀ ਰਾਤ ਅੱਗ ਚੱਲਦੀ ਰਹਿੰਦੀ ਹੈ ਜਿਹਦੇ ਕੱਢਦੇ ਆ, ਉਹ ਹੌਲੀ ਹੌਲੀ ਥੱਲੇ ਜਾ ਕੇ ਇਕੱਠਾ ਹੁੰਦਾ। ਅੱਛਾ, ਪੂਰੀ ਤਰ੍ਹਾਂ ਸੁੱਕ ਗਈ, ਉਦੋਂ ਬਾਅਦ ਇਹਨਾਂ ਨੇ ਵਿਚਾਲੇ ਇੱਥੇ ਜੇ ਪੱਟ ਕੇ ਟੋਆ, ਤੇ ਫਿਰ ਇਹਨਾਂ ਨੇ ਕੱਢਣੀ ਹੈ। ਤੇ ਮੈਨੂੰ ਕੀ ਬਣਦਾ, ਕੀ ਆ ਜਗਮੀਤ, ਇਹ ਤੋਂ ਕੀ ਬਣਦਾ? ਸਾਬਣ ਹੋ ਗਈ, ਬੀਕਾਨੇਰੀ ਪਾਪੜ, ਭੁਜੀਆ ਹੋ ਗਿਆ, ਉਹਦੇ ਵਿੱਚ ਜਾਂ ਕੱਪੜੇ ਧੋਣ ਵਾਲੀ ਸਾਬਣ ਹੋ ਗਈ, ਤੇ ਦਵਾਈਆਂ ਦੇ ਵਿੱਚ ਵੀ ਇਹਦੀ ਵਰਤੋਂ ਹੁੰਦੀ ਹੈ। ਇਸ ਬਾਰੇ ਕਿਉਂਕਿ ਆਪਾਂ ਕਦੇ ਆਪਾਂ ਨੂੰ ਪਤਾ ਨਹੀਂ, ਮਤਲਬ ਇਹ ਜਿਹੜੇ ਜਿਹੜੇ ਦਰਸ਼ਕ ਜਾਣਦੇ ਆ ਉਹਨਾਂ ਨੂੰ ਪਤਾ ਹੋਊਗਾ ਇਸ ਮਸਲੇ ਤੇ ਵੀ ਨਿਕਲਦੀ ਕਿੰਨੀ ਕਦੀ, ਹਨਾ ਪ੍ਰੀਤ? ਬਈ ਜਿਹੜੇ ਵੈਸੇ ਮੈਂ ਸੁਣਿਆ ਭਾਜੀ ਨੋਰਮਲ ਜਿਵੇਂ 40-45 ਹਜ਼ਾਰ ਨੂੰ ਕਹਿੰਦੇ ਕੁਇੰਟਲ ਜਾਂਦੀ ਹੈ, ਇੰਨਾ ਕੁ ਮੈਂ ਨੋਰਮਲ ਜਿਹਾ ਆਈਡੀਆ ਸੁਣਿਆ ਵੀ ਕੁਆਲਿਟੀ ਵਾਈਜ਼ ਹੋ ਸਕਦਾ ਉਦੋਂ ਮਹਿੰਗੀ ਵੀ ਜਾਂਦੀ ਜਾ ਵੜਦੀ ਹੋਵੇ, ਪਰ ਨੋਰਮਲ ਜੀ 40-45 ਹਜ਼ਾਰ ਕੁਇੰਟਲ ਬਣਦੀ ਵੀ ਬਹੁਤ ਔਖੀ ਹੈ ਨਾ। ਜੇ ਕੀ ਪਤਾ 10 ਕੁਇੰਟਲ ਹੋ ਜਾਂਦੀ ਹੋਵੇ, ਲਾ ਹੀ ਲੈ ਗਏ 2 ਮਰਲੇ ਅਗਲੀ ਯਾਰ ਨੂੰ 10 ਮਰਲੇ, ਹੈਂ? ਅਤੇ ਤਾਂ 20 ਐਂ ਹੁੰਦਾ ਹੋਊਗਾ ਯਾਰ, ਆਹ 20 ਹੈ ਇਹਦਾ, ਆਹ ਇਹਦਾ 20 ਆ ਯਾਰ, ਲੈ ਹੈਂ? ਅਤੇ ਲਾਉਣੀ ਇਹਨੂੰ ਦੇਖ ਲਾ ਪ੍ਰੀਤ, ਅੱਗ ਆ ਯਾਰ। ਹੁਣ ਗੱਲ ਕਰ ਗੱਡੀ 'ਤੇ, ਜੇ ਟਰਾਲੀ 'ਤੇ ਹੁੰਦੇ ਤਾਂ ਲੈ ਹੀ ਜਾਂਦੇ ਯਾਰ ਇਹਨੂੰ, ਥੱਬਾ ਘਰੇ ਲਿਆ ਕੇ ਮਚਾ ਕੇ ਦੇਖ ਲੈਂਦੇ ਵੀ ਕਿਵੇਂ ਸਿਸਟਮ, ਹੈ ਨਾ। ਚੱਲ ਕਿਸੇ ਦਿਨ ਯਾਰ ਜੇ ਕੋਈ ਬੰਦੇ ਨੂੰ ਜਾਣਕਾਰੀ ਹੋਰ ਆ ਦੱਸਿਓ ਯਾਰ, ਸਾਨੂੰ ਪੂਰੀ ਜਾਣਕਾਰੀ ਨਹੀਂ, ਹੈ ਨਾ ਬਾਈ ਇਹਦੇ ਬਾਰੇ। ਹਾਂਜੀ, ਪਰ ਇਹ ਫਸਲ ਇਹਦਾ ਨਾਂ ਛੱਜੀ ਆ, ਲਾਹਣ ਵੀ ਕਹਿ ਦਿੰਦੇ ਆ। ਹਾਂ, ਲਾਹਣਾ ਵੀ ਕਹਿ ਦਿੰਦੇ, ਲਾਹਣਾ ਵੀ ਕਹਿ ਦਿੰਦੇ ਆ, ਛੱਜੀ ਕਹਿ ਦਿੰਦੇ ਆ। ਅਤੇ ਇਹਨੂੰ ਦੇਖ ਲਓ ਵੀ ਇਹ ਦੁਨੀਆਂ ਦੀ ਪਹਿਲੀ ਫਸਲ ਆ, ਇਹਨੂੰ ਅੱਗ ਲਾਉਣੀ ਆ, ਅੱਗ ਲਾ ਕੇ ਪਗਰ ਕੇ ਟੋਏ 'ਚ ਇਕੱਠੀ ਹੋਣੀ ਆ, ਫਿਰ ਇਹ ਉਹ ਇੱਕ ਚੀਜ਼ ਰੌਚਕ ਹੋਰ ਵੀ ਹੈ ਭਾਜੀ। ਹਾਂ, ਇਸ ਫਸਲ ਬਾਰੇ। ਹਾਂ, ਇਹ ਫਸਲ ਜ਼ਿਆਦਾਤਰ ਬਾਬਰੀ ਸਮਾਜ ਦੇ ਲੋਕ ਬੀਜਦੇ ਆ, ਮੰਨ ਲਓ ਤੁਸੀਂ 99%। ਅੱਛਾ, ਹੋਰ ਕੋਈ ਬੰਦਾ ਨਹੀਂ ਬੀਜਦਾ ਇਹਨੂੰ। ਅੱਛਾ, ਅਤੇ ਬਾਬਰੀ ਸਮਾਜ ਹੀ ਬੀਜਦਾ ਇਹਨੂੰ, ਬਾਬਰੀ ਸਮਾਜ ਹੈ ਵੀ ਜ਼ਿਆਦਾਤਰ ਸਾਡੇ ਇਲਾਕੇ 'ਚ, ਰਾਜਸਥਾਨ ਦੇ ਵਿੱਚ, ਰਾਜਸਥਾਨ ਦੇ ਵਿੱਚ, ਅਤੇ ਬਾਬਰੀ ਹੀ ਜ਼ਿਆਦਾ ਬੀਜਦੇ ਇਹਨੂੰ। ਆਹ ਵੀ ਹੁਣ ਆਪਾਂ ਨੂੰ ਪੂਰੀ ਜਾਣਕਾਰੀ ਹੈ ਨਹੀਂ ਵੀ 100% ਮੇਰੇ ਹਿਸਾਬ 'ਚ ਹੋਣਾ ਵੀ ਇਹ ਬਾਬਰੀ ਸਮਾਜ ਦੇ ਲੋਕਾਂ ਦਾ ਖੇਤ। ਆਹ ਦੇਖਾ ਵਿੱਚ ਝੜੀ ਬਹੁਤ ਪਈ ਆ ਯਾਰ, ਇਸ ਹਿਸਾਬ ਨਾਲ ਤਾਂ ਯਾਰ ਜਗਮੀਤ ਯਾਰ, ਆਹ ਤਾਂ ਹੈਂ ਤੇਰੀ ਚਾਚੀ ਦੇ ਕਾਂਟਿਆਂ ਜਿੰਨੀ ਤਾਂ ਝੜੀ ਪਈ ਆ, ਜੇ ਇਸ ਹਿਸਾਬ ਨਾਲ ਜੇ ਕਿਤੇ ਬਾਹਲੀ ਨਿਕਲਦੀ ਹੋਈ ਹੈ, ਹੈਂ ਓਏ। ਜੇ ਤੇਰੇ ਗੁਰਮੀਤ ਚਾਚੇ ਦੀ ਫਸਲ ਹੁੰਦੀ ਨਾ ਇਹ,
ਤੇ ਮੇਰੇ ਤੇ ਪ੍ਰੀਤ ਦੇ ਗਾਲਾਂ ਬਹੁਤ ਪੈਣੀਆਂ ਸੀ ਵੀ ਇੰਨੀ ਝਾੜੀ ਪਈ ਆ ਇਹ, ਆਹ ਦੇਖ ਲਾ ਯਾਰ ਥੱਪੀਆਂ ਵੱਢੀਆਂ ਪਈਆਂ। ਪ੍ਰੀਤ ਯਾਰ ਇਸ ਹਿਸਾਬ ਨਾਲ ਨਾ ਇਹ ਨਿਕਲਦੀ ਥੋੜ੍ਹ ਕੋਈ ਹੋ ਗਿਆ, ਥੋੜ੍ਹੀ ਨਿਕਲਦੀ ਆ ਜਿਹੜੇ ਹਿਸਾਬ ਨਾਲ, ਆਹ ਦੇਖ ਕਿੰਨੀ ਖਿੰਡੀ ਪਈ ਆ, ਦੇਖ ਯਾਰ ਕਿੰਨਾ ਪਿਆ ਮਾਲ ਥੱਲੇ, ਹੋਰ ਚੱਕਰ ਪੈ ਗਿਆ ਇੱਥੇ। ਹਾਂ ਮੀਂਹ ਵੱਧ ਪਏ, ਵੱਢ ਵੱਢ ਥੱਪੀਆਂ ਰੱਖੀਆਂ ਉੱਤੇ ਮੀਂਹ ਬੋਧੀ ਹੋ ਗਏ, ਥੱਬੀਆਂ ਦੇ ਨਿਸ਼ਾਨ ਆ ਇਹ ਤਾਂ ਹੈਗਾ ਥੱਬੀਆਂ ਦੇ, ਓਦੂ ਬਾਅਦ ਇਹਦੀਆਂ ਲਾਈਆਂ ਇਹਨਾਂ ਨੇ ਚੱਕ ਕੇ ਮੰਡਲੀਆਂ, ਆਹਾ ਫੇਰੀਆਂ ਲਾਈਆਂ, ਫੇਰੀਆਂ ਲਾਈਆਂ ਤੇ ਹੁਣ ਇਹਨੂੰ ਫਿਰ ਕਿਸੇ ਹਿਸਾਬ ਕਿਤਾਬ ਨਾਲ ਕੱਢਣਗੇ ਜੇ ਕਿਤੇ ਗੇੜਾ ਪਿਆ। ਪਾਣੀ ਇਹਨੂੰ ਵਾਹਵਾ ਲੱਗਦੇ ਲੱਗਦੇ ਆ ਪ੍ਰੀਤ, ਆਹ ਦੇਖ ਕਿਆਰੇ ਪਾਏ ਵੇ, ਪਾਣੀ ਵੀ ਲੱਗਦੇ ਆ, ਊਂ ਐਡੀ ਨਹੀਂ ਗੱਲ, ਮਾਰੂ ਫਸਲ ਨੀਗੀ। ਨਹੀਂ ਇੱਕ ਪਾਣੀ ਲੱਗਦਾ ਵੱਧ ਤੋਂ ਵੱਧ, ਇੱਕ ਜਾਂ ਦੋ, ਜ਼ਿਆਦਾ ਪਾਣੀ ਨਹੀਂ ਮੰਗਦੀ ਇਹ ਸਾਲ, ਇਹ ਬਰਾਨੀ ਵਾਹਣ 'ਚ ਵੀ ਹੋ ਜਾਂਦੀ ਆ ਭਾਜੀ, ਇਹ ਹੁੰਦੀ ਜਿਹੜੇ ਬਰਾਨੀ 'ਚ ਵਾਹਣ ਦਾ ਅੰਦਾਜ਼ੇ ਤੋਂ ਪਤਾ ਲੱਗਦਾ ਵੀ ਇਹ ਗਰਮੀਆਂ ਵੇਲੇ ਦੀ ਹੋਈ ਵੀ ਆ। ਹਾਂ ਇਹ ਇਸ ਵਾਰੀ ਦੀ ਫਸਲ ਨੀਗੀ, ਇਹ ਪਿਛਲੇ ਝੋਨਿਆਂ ਵੇਲੇ ਦੀ ਆ, ਹੈਨਾ। ਹਾਂ ਹਾਂ ਉਦੋਂ ਦੀ ਫਸਲ ਆ ਇਹ, ਕੋਈ ਨਾ ਬਾਕੀ ਜਾਣਕਾਰੀ ਜਿਹੜੇ ਬੰਦੇ ਜਾਣਦੇ ਉਹ ਦੇ ਦੇਣਗੇ ਬਾਈ, ਜਿਉਂਦੇ ਰਹੋ।